ваяਾ ਰੋਟੀ ਖੋਲਦੀ ਵੇਖ ਕੇ ਮੈਨੂੰ ਪਾਕਿਸਤਾਨ ਦਾ ਉਹ ਟਾਈਮ ਯਾਦ ਆ ਗਿਆ ਜਦੋਂ ਘਰ ਦੇ ਬੁਹੇ ਦੇ ਅੱਗੇ ਦੇਗਾਂ ਪੱਕਦੀਆਂ ਹੁੰਦੀਆਂ ਸਨ ਤੇ ਗਰਮੀਆਂ ਹੁੰਦੀਆਂ ਸਨ ਬੁਹੇ ਦੇ ਅੱਗੇ ਤਰੌਂਕਾ ਕਰੀਦਾ ਸੀ ਬਾਹਰ ਮੰਜੀ ਡਾਈ ਦੀ ਸੀ ਮੇਰੇ ਅੱਬੂ ਵੀ ਕੁਰਸੀ ਰੱਖ ਕੇ ਬੈੰਦੇ ਹੁੰਦੇ ਸਨ ਤੇ ਹਰ ਕਿਸੇ ਨੇ ਆਂਦਿਆਂ ਜਾਂਦਿਆਂ ਮੇਰੇ ਅੱਬੂ ਨੂੰ ਸਲਾਮ ਕਰਨਾ ਅਸਲਾਮੁਅਲੈਕਮ ਚਾਚਾ ਜੀ ਮੇਰੇ ਅੱਬੂ ਨੇ ਵੀ ਬੜੇ ਪਿਆਰ ਨਾਲ ਲੱਗੋ ਜਵਾਬ ਦੇਣਾ ਤੇ ਕਾਰ ਦੇ ਬਾਹਰ ਹੀ ਚਾਵਲ ਤੁੱਪਣੇ ਕਾਰ ਦੇ ਬਾਹਰ ਹੀ ਦੇਗ ਪੱਕਣੀ ਤੇ ਬੱਕਰੀਆਂ ਤੇ ਕੁਕੜੀਆਂ ਕੀ ਮੈਂ ਕਹਨੀਆਂ ਸੜਕ ਤੇ ਪਹਿਲਾਂ ਪਾਂਦੀਆਂ ਹੁੰਦੀਆਂ ਸਨ ਆਪਣਾ ਰਾਜ ਸੀ ਹਰਸ਼ਾ ਦਾ ਤੇ ਮਸਜਿਦ ਚੋਂ ਅਜ਼ਾਨ ਦੀ ਆਵਾਜ਼ ਬਹੁਤ ਹੀ ਸੋਹਣੀ ਆਂਦੀ ਹੁੰਦੀ